ਮੈਂ ਕਰਮਜੀਤ ਸਿੰਘ ਸਰਪੰਚ ਫੱਗੂ ਵਾਲਾ ਜੀ। ਜਿਹੜਾ ਅੱਜ ਇਹ ਐਕਸੀਡੈਂਟ ਹੋਇਆ ਕੀ ਮੰਗ ਕੇ? ਇਹ ਮੈਨੂੰ ਤਾਂ ਮੈਸੇਜ ਮਿਲਿਆ ਸੀਗਾ, ਇਹਦਾ ਫਾਦਰ ਮੇਰੇ ਨਾਲ ਪਿਛਲੇ ਸਾਲ ਨੌਕਰ ਸੀਗਾ। ਅੱਛਾ ਜੀ। ਅਤੇ ਵੀ ਆਟੋ ਸੀ, ਉਹਦੇ ਬੇਟੇ ਦਾ ਐਕਸੀਡੈਂਟ ਹੋ ਗਿਆ PGI ਕੱਟ ਦੇ ਨੇੜੇ, PGI ਹੋਸਪਿਟਲ ਦੇ ਘਾਬਲਾ ਜੀ, ਘਾਬਲਾ। ਅਤੇ ਉਸ ਤੋਂ ਬਾਅਦ ਆਪਾਂ ਇੱਥੇ ਆਏ ਹਾਂ ਅਤੇ ਹੁਣ ਇਹਨਾਂ ਨੂੰ ਰਜਿੰਦਰਾ ਹੋਸਪਿਟਲ ਲਈ ਰੈਫਰ ਕੀਤਾ। 108 ਐਂਬੂਲੈਂਸ ਆ ਰਹੀ ਆ, ਬਾਕੀ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤਾਂ ਡਾਕਟਰ ਹੀ ਦੇ ਸਕਦੇ ਆ ਕਿ ਕੰਡੀਸ਼ਨ ਕਿੱਦਾਂ। ਡਾਕਟਰਾਂ ਨੇ ਤਾਂ ਦੱਸਤਾ ਬੇਟਾ ਤਾਂ ਬਿਲਕੁਲ ਨਹੀਂ, ਦੱਸਾਂ ਨਹੀਂ ਕਰਦਾ ਵੀ ਇਹਦਾ ਫਾਦਰ ਮੇਰੇ ਨਾਲ ਸਾਲ ਰਿਹਾ, ਇੱਕ ਸ਼ਰੀਫ ਬੱਚਾ, ਬਾਕੀ ਦੂਸਰਿਆਂ ਦਾ ਨਹੀਂ ਮੈਨੂੰ ਪਤਾ ਨਸ਼ਾ ਕਰਦੇ ਜਿਹਨਾਂ ਨਾਲ ਐਕਸੀਡੈਂਟ ਹੋਇਆ। ਦੇਖੋ ਅੱਜ ਕੱਲ੍ਹ ਆਪਾਂ ਜੰਗ ਬਲੱਡ ਵੀ ਆਪਾਂ ਕਿਸੇ ਦੀ ਇੰਨੀ ਸਹਿਮਤੀ ਵੀ ਨਹੀਂ ਲੈ ਸਕਦੇ। ਦੇਖੋ ਮੈਂ ਪਿੰਡ ਦਾ ਸਰਪੰਚ ਹਾਂ, ਮੈਨੂੰ ਪਤਾ ਵੀ ਮੇਰੇ ਪਿੰਡ ਦਾ ਮਾਹੌਲ ਕਿੱਦਾਂ ਦਾ, ਅੱਜ ਕੱਲ੍ਹ ਸਿੱਟੇ ਵਾਲੇ ਜਾਂ ਹੋਰ ਹਰ ਪਿੰਡ ਦੇ ਵਿੱਚ ਨੇ। ਨਸ਼ੇ ਤੋਂ ਰਹਿਤਾ ਮੁੰਡਾ, ਇਹ ਮੁੰਡਾ ਨਸ਼ੇ ਤੋਂ ਰਹਿਤਾ ਵੀ ਮੇਰੇ ਲਈ ਇਹਦਾ ਫਾਦਰ ਇੱਕ ਸਾਲ ਰਿਹਾ, ਇਹਨਾਂ ਨੇ ਕੋਈ ਏਦਾਂ ਦੀ ਗੱਲ ਨਹੀਂ ਵੀ ਇਹ ਨਸ਼ਾ ਟੱਚ ਕਰਦਾ ਹੋਵੇ। ਸਰਪੰਚ ਸਾਹਿਬ, ਜਿਹੜੇ ਦੂਸਰੇ ਮੁੰਡੇ ਨੇ ਜਿਹਨਾਂ ਨਾਲ ਹੋਇਆ ਉਹਨਾਂ ਦਾ ਲੱਗਦਾ? ਉਹਨਾਂ ਬਾਰੇ ਮੈਂ ਜਾਣਦਾ ਨਹੀਂ ਸਰ, ਵੀ ਮੈਂ ਨਹੀਂ ਤੁਹਾਡੇ ਲਈ ਕੋਈ ਇਹਨੂੰ ਗਲਫ ਕਰਦਾ। ਛੋਟੀ ਆ? ਹਾਂਜੀ ਹਾਂ। ਵੀ ਉਹ ਕਿਸ ਪਿੰਡ ਦੇ ਆ, ਕੌਣ ਨੇ, ਅਗਰ ਉਹ ਪਤਾ ਲੱਗਿਆ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂ। ਕੀ ਨਾਮ? ਡਾਕਟਰ ਹਰਸਿਮਰਨਜੋਤ। ਉਹਨੇ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਹਨ, IIL ਫੈਕਟਰੀ ਕੋਲ ਐਕਸੀਡੈਂਟ ਹੋਇਆ, SSF ਵਾਲੇ ਪੇਸ਼ੈਂਟਸ ਲੈ ਕੇ ਆਇਆ। ਪੇਸ਼ੈਂਟ ਦੀ ਹਾਲਤ ਠੀਕ ਹੈ ਫਿਲਹਾਲ, ਹੈਡ ਇੰਜਰੀ ਸਸਪੈਕਟਡ ਹੈ ਅਤੇ ਅਸੀਂ ਪ੍ਰੈਫਰ ਕਰ ਰਹੇ ਹਾਂ ਪਟਿਆਲਾ। ਪ੍ਰੈਫਰ ਕਿੱਥੇ ਨੇ? ਹਾਂਜੀ, ਕਿੱਥੇ? ਪਟਿਆਲਾ। ਅੱਛਾ ਮੈਮ, ਅੰਡਰ ਇਨਫਲੂਐਂਸ ਆਫ ਐਲਕੋਹਲ ਕਹਿ ਸਕਦੇ ਹਾਂ, ਪਰ ਉਹੀ ਉਹਦਾ ਜਦ ਬਲੱਡ ਸੈਂਪਲ ਵਗੈਰਾ ਲੈ ਜਾਂਦੇ ਆ ਫਿਰ ਹੀ ਸ਼ੋਰ ਹੁੰਦਾ, ਕੋਈ ਇੰਨੀ ਫ੍ਰੈਕਚਰ ਵਗੈਰਾ ਨਹੀਂ। ਠੀਕ ਹੈ। ਮੇਰਾ ਸਰ JSC ਜਸਵਿੰਦਰ ਸਿੰਘ, JSC 24-3 ਬੈਲਟ ਨੰਬਰ, ਅਸੀਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਾਂ। ਸਰ ਜਿਹੜਾ ਇਹ ਐਕਸੀਡੈਂਟ ਹੋਇਆ ਇਹ ਕਿਵੇਂ? ਸਾਨੂੰ ਇੱਕ ਨਾ ਇੱਕ ਲੜਕਾ ਕੋਈ ਆਪਣੇ ਮੇਰੇ ਨਾਲ ਦੇ ਦਾ ਕੋਈ ਫਰੈਂਡ ਹੈ ਜਸਪ੍ਰੀਤ ਸਿੰਘ, ਉਹਨੇ ਸਾਨੂੰ ਉਹਨੂੰ ਫੋਨ ਕੀਤਾ ਵੀ ਇੱਦਾਂ ਕਰਕੇ IIL ਫੈਕਟਰੀ ਦੇ ਕੋਲ ਐਕਸੀਡੈਂਟ ਹੋ ਗਿਆ, ਤਿੰਨ ਜਣਿਆਂ ਦਾ ਆਹਮਣ ਸਾਹਮਣੇ ਟੱਕਰ ਹੋਈ ਆ, ਦੋ ਮੋਟਰਸਾਈਕਲਾਂ 'ਤੇ ਆਪਸ 'ਚ ਟੱਕਰ ਹੋਈ ਉਹਨਾਂ ਦੀ, ਰੋਂਗ ਸਾਈਡ ਜਾ ਰਹੇ ਸੀਗੇ ਜਦੋਂ ਇਹ ਟੱਕਰ ਹੋਈ ਨਾ, ਇਹ ਰੋਂਗ ਸਾਈਡ ਜਾ ਰਹੇ ਸੀ। ਦੋਨੇ ਮੋਟਰਸਾਈਕਲ ਰੋਂਗ ਸਾਈਡ ਨਹੀਂ, ਇੱਕ ਰੋਂਗ ਸਾਈਡ ਸੀ ਇੱਕ ਸਹੀ ਸੀ, ਇੱਕ ਮਤਲਬ ਸੰਗਰੂਰ ਨੂੰ ਜਾ ਰਿਹਾ ਸੀ, ਇੱਕ ਉੱਧਰੋਂ ਭਾਨੀਗੜ੍ਹ ਨੂੰ ਆ ਰਿਹਾ ਸੀ। ਇਹ ਬੰਦੇ ਕਿੱਥੋਂ ਦੇ? ਮਤਲਬ ਇੱਕ ਤਾਂ ਕੋਈ ਕੁੱਕ ਦਾ ਕੰਮ ਕਰਦੇ ਆ ਇੱਥੇ, ਤ੍ਰੈਮਡ ਕੋਈ ਹੋ ਆਇਆ ਹੋਟਲ, ਸਾਨੂੰ 6:25 ਤੇ ਫੋਨ ਆਇਆ ਜਸਪ੍ਰੀਤ ਦਾ, ਤੇ ਅਸੀਂ 6:27 ਤੇ ਅਸੀਂ ਪਹੁੰਚ ਗਏ, 28 ਤੇ ਅਸੀਂ ਪਹੁੰਚ ਗਏ, ਲਿਆ ਕੇ ਤਿੰਨਾਂ ਨੂੰ ਅਸੀਂ ਹੋਸਪਿਟਲ ਲਿਆਂਦਾ ਸਰਕਾਰੀ ਹਸਪਤਾਲ ਭਵਾਨੀਗੜ੍ਹ। ਸਰ ਨਸ਼ਾ ਨਹੀਂ, ਸਾਨੂੰ ਹਜੇ ਇਸ ਬਾਰੇ ਕੋਈ ਕਨਫਰਮ ਨਹੀਂ ਹੈਗਾ ਵੀ ਇਹਨਾਂ ਨਸ਼ਾ ਕੀਤਾ ਕੀ ਹੋਇਆ, ਪਰ ਅਸੀਂ ਤਾਂ ਸਾਨੂੰ ਇਹ ਹੁੰਦਾ ਵੀ ਜਲਦੀ ਜਲਦੀ ਲੈ ਕੇ ਜਾਈਏ। ਅਸੀਂ ਇਹਨਾਂ ਨਾਲ ਕੁਛ ਲੋਕਾਂ ਨੇ ਸਾਡੀ ਮਦਦ ਕੀਤੀ, ਜਸਪ੍ਰੀਤ ਮੁੰਡੇ ਜਿਹਨੇ ਫੋਨ ਕੀਤਾ ਉਹ ਵਿਚਾਰਾ ਸਾਡੇ ਨਾਲ ਬੈਠ ਕੇ ਆਇਆ, ਉਹਨੇ ਮਦਦ ਕੀਤੀ, ਨਾਲ ਮੇਰੇ ਮੁੰਡਾ ਬਲਵਿੰਦਰ ਹੈ ਸਾਡੇ ਜੋ ਮੁਲਾਜ਼ਮ ਨੇ, ਅਸੀਂ ਨਾਲ ਦੇ ਨਾਲ, ਅਸੀਂ ਕੁਛ ਨਹੀਂ ਦੇਖਦੇ ਵੀ ਇਹ ਕੌਣ ਆ ਕੌਣ, ਅਸੀਂ ਲਿਆਉਣ ਵੀ ਕਰਦੇ ਹਾਂ ਵੀ ਜਾਨ ਬਚੇ।